ਡਾਇਰੈਕਟਰ ਸਾਹਿਬ ਇਹ ਮਤਲਬ ਇਹ ਹੁੰਦੀ ਆ ਕੋਈ ਕੰਡੀਸ਼ਨ ਹੁੰਦੀ ਆ ਵੀ ਜਿਹੜਾ ਡਾਇਰੈਕਟਰ ਬਣੂਗਾ ਉਹਨੂੰ ਨਾਲ ਚਿੰਗਮ ਖਾਣੀ ਪੈਣੀ ਆ? ਆਪ ਤੇ ਖਾਂਦੇ ਨੀ ਤੁਸੀਂ ਡਾਇਰੈਕਟਰ ਸਾਹਿਬ ਨੂੰ ਕਿਉਂ ਦਿੱਤੀ? ਇੰਟਰਵਿਊ ਹੈ ਸੋ ਮੈਂ ਕੱਢ ਕੇ ਆਈ ਆ। ਅੱਛਾ ਅੱਛਾ, ਇਹਨਾਂ ਨੂੰ ਕੀ? ਮੈਂ ਆਪਣੀ ਇਹ ਮੈਂਡੀ ਨੂੰ ਫੜਾਈ ਹੈ। ਅੱਛਾ, ਤੁਸੀਂ ਵੀ ਕਰਦੇ ਹੁੰਦੇ ਹੋ ਇੱਦਾਂ ਵੀ ਜਿੱਦਾਂ ਮੰਨ ਲਓ ਚਿੰਗਮ ਹਾਲੇ ਥੋੜੀ ਜਿਹੀ ਮੂੰਹ ਚ ਪਾਈ ਹੋਵੇ, ਉਧਰੋਂ ਵਾਰੀ ਆ ਜੇ ਦਵਾ ਦਾ, ਮੰਨ ਲਓ ਇੰਟਰਵਿਊ ਤੋਂ ਜਾਂ ਕਾਲ ਹੋ ਜੇ, ਤੇ ਬੰਦਾ ਉਹਨੂੰ ਸਾਂਭ ਕੇ ਰੱਖ ਲੈਂਦਾ ਟਿਸ਼ੂ ਟਾਸ਼ੂ ਚ ਵੀ, ਬਾਅਦ ਚ ਉਹਨੂੰ ਕਿਉਂ ਸੁੱਟਣਾ? ਹਾਂਜੀ ਨਵਜੀ, ਸੌਂ ਤੇ ਨੀ ਗਏ? ਹਾਂਜੀ ਐਕਸਪੀਰੀਅੰਸ ਕੰਮ ਆਇਆ ਕਿ ਬਿਲਕੁਲ ਨਵਾਂ ਹੀ ਆ ਕੰਮ? ਨਹੀਂ, ਵੈਸੇ ਵੀ ਉੱਥੇ ਵੀ ਅਸੀਂ ਜਿੱਦਾਂ ਲਾ ਲਓ ਪੰਜਾਬੀ ਆਡੀਅੰਸ ਲਈ ਕੰਮ ਕਰਦੇ ਆ, ਸੇਮ ਪੰਜਾਬੀ ਫਿਲਮ ਆ, ਕੋਈ ਨਾ ਕੋਈ ਕਰੈਕਟਰ ਤੇ ਸਾਡੇ ਉਹਨਾਂ ਕਰੈਕਟਰਾਂ ਚੋਂ ਕੀਤਾ ਹੋਇਆ ਹੀ ਹੋਣਾ ਸੀ, ਤੇ ਉਹ ਲਗਭਗ ਸੇਮ ਹੀ, ਮਤਲਬ ਮੈਨੂੰ ਲੱਗਾ ਕਿ ਸੇਮ ਹੀ ਆਪਾਂ ਜਿਹੜਾ ਆਪਣੇ ਜੋਨਰ ਆ ਮੇਰਾ ਉਹਦੇ ਵਿੱਚ ਹੀ ਰਹਿ ਕੇ ਸਾਰਾ ਕੁਛ ਹੋਇਆ, ਜੋ ਕੁਛ ਸੀ ਅਸੀਂ ਬੈਠ ਕੇ ਲਿਖਿਆ ਕਿ ਕਿੱਦਾਂ ਆਪਾਂ ਇਹਨੂੰ ਆਪਣੇ ਸੀਨ ਨੂੰ ਕ੍ਰੀਏਟ ਕਰਨਾ ਵਾ, ਤੇ ਉਹ ਲਗਭਗ ਸੇਮ ਹੀ ਆ। ਅੱਛਾ, ਹਾਸੇ ਪਾਉਣਾ ਸੌਖਾ ਕਿ ਸਿਆਣੇ ਜੇ ਬਣਨਾ ਸੌਖਾ? ਨਹੀਂ, ਹਾਸੇ ਪਾਉਣਾ ਸੌਖਾ। ਤੇ ਫਿਰ ਹਾਸੇ ਪਾਓ, ਤੁਸੀਂ ਹੱਸੋ ਨਾ, ਤੁਸੀਂ ਸਿਆਣੀਆਂ ਗੱਲਾਂ ਕਰੀ ਜਾਂਦੇ ਗੱਲ ਛੇੜੋ ਉਦਾਂ ਦੇ ਕਿੱਦਾਂ ਕੋਈ ਫਰਕ ਲੱਗਾ ਸੀ ਜਦੋਂ ਮੰਨ ਲਓ ਪਤਾ ਲੱਗਾ ਵੀ ਫਿਲਮ 'ਚ ਕੰਮ ਕਰਨਾ ਹੁਣ ਵੱਡੇ ਪਰਦੇ ਤੇ ਉੱਤੇ ਆਉਣਾ, ਭਾਵੇਂ ਪੰਜਾਬੀ ਆਡੀਅੰਸ ਲਈ ਕੰਮ ਕਰਨਾ ਜਿੱਦਾਂ ਤੁਸੀਂ ਆਨਸਰ ਕੀਤਾ ਹੀ ਆ ਪਹਿਲਾਂ, ਪਰ ਫਿਰ ਵੀ ਕੁਛ ਨਾ ਕੁਛ ਤਾਂ ਫੀਲਿੰਗ ਹੋਊਗੀ ਨਾ, ਧੱਕ ਧੱਕ ਜਿਹਾ ਤਾਂ ਬੰਦਾ ਕਰਦਾ ਹੀ ਆ ਨਾ? ਬਹੁਤ ਜ਼ਿਆਦਾ, ਉੱਥੇ ਹੀ ਆਪਣੀਆਂ ਮਰਜ਼ੀਆਂ ਕਰਦੇ ਹਾਂ ਨਾ, ਚੱਲ ਠੀਕ ਆ, ਇੱਥੇ ਆ ਇੱਦਾਂ ਕਰਨਾ, ਉੱਥੇ ਇੱਦਾਂ ਕਰਨਾ, ਨਾਲੇ ਮੇਰੇ ਨਾਲ ਜਿੰਨੇ ਵੀ ਮੇਰੇ ਤਕਰੀਬਨ ਜ਼ਿਆਦਾਤਰ ਮੇਰੇ ਜੂਨੀਅਰ ਹੀ ਹੁੰਦੇ ਆ, ਜਾਂ ਵੀ ਥੋੜ੍ਹੀ ਛੋਟੀ ਏਜ ਦੇ ਹੁੰਦੇ, ਜਾਂ ਕਿੱਦਾਂ ਵੀ ਲਾ ਲਓ ਤੁਸੀਂ ਉਹਨਾਂ ਦੇ ਨਵੇਂ ਬੰਦੇ, ਉਹਨਾਂ 'ਚ ਫਿਰ ਮੈਨੂੰ ਜਿੱਦਾਂ ਇੱਕ ਹਿਸਾਬ ਦਾ ਵੀ ਹੁੰਦਾ ਕਿ ਮੈਂ ਆਪਣੀ ਮਰਜ਼ੀ ਨਾਲ ਕਰਨਾ ਵਾ। ਇੱਥੇ ਹੁਣ ਆਰਟਿਸਟ ਵੀ ਵੱਡੇ ਸੀ ਅਤੇ ਸਾਰੇ ਹੀ ਮਤਲਬ ਆਪਣੇ ਇੱਕ ਹਿਸਾਬ ਦੇ ਇਸ ਲਾਈਨ ਦੇ ਆਲਰੇਡੀ ਮੰਜੇ ਹੋਏ ਪਲੇਅਰ, ਉਹਨਾਂ 'ਚ ਕੰਮ ਕਰਨਾ ਇੱਕ ਇਹ ਸੀ ਕਿ ਮੇਰੇ ਕਰਕੇ ਯਾਰ ਕਿਹਦਾ ਜਿੱਦਾਂ ਸੀਨ ਆਊਗਾ ਵੀ ਮੈਂ ਤਾਂ ਨਰਵਸ ਹਾਂ, ਅਤੇ ਡਾਇਲੋਗ ਵੀ ਬੋਲਣੇ ਆ, ਫੀਲ ਵੀ ਰੱਖਣੀ ਆ, ਪਤਾ ਨਹੀਂ ਬੋਲਿਆ ਜਾਣਾ ਕਿ ਨਹੀਂ ਬੋਲਿਆ ਜਾਣਾ ਨਾ, ਉਹ ਡਰ ਤਾਂ ਹੈਗਾ ਸੀ ਇੱਕ ਕਿ ਕਿਵੇਂ ਚਲ ਹੋਊਗਾ, ਕਿਉਂਕਿ ਇੱਕ ਉੱਥੇ ਸ਼ਿਫਟ ਚੱਲ ਰਹੀ ਹੈ ਨਾ, ਘੱਟੋ ਘੱਟ 30-40 ਜਾਣੇ ਲਾਗੇ ਤੁਹਾਡੇ ਕੰਮ ਕਰ ਰਹੇ ਆ, ਉਹ ਤੁਹਾਡੇ 'ਤੇ ਹੀ ਡਿਪੈਂਡ ਆ ਕਿ ਅੱਜ ਸਾਨੂੰ ਜਾਣ ਦਊਗਾ ਘਰ ਕਿ ਨਹੀਂ ਜਾਣ ਦਊਗਾ, ਅਤੇ ਉੱਥੇ ਇੱਕ ਡਰ ਸੀ, ਅਤੇ ਪਰ ਵਧੀਆ ਰਿਹਾ ਵੀ ਥੋੜ੍ਹਾ ਜਿਹਾ ਸਾਡਾ ਜਿਹੜਾ ਪਿਛਲਾ ਕਹਿ ਲਓ ਕਿ ਐਕਸਪੀਰੀਅੰਸ ਸੀ ਉਹਦੇ ਚੱਕਰ ਕਰਕੇ ਇੰਨੀ ਪ੍ਰੋਬਲਮ ਨਹੀਂ ਆਈ। ਤੇ ਭਾਬੀ ਜੀ ਨੇ ਕਿਹਾ ਹੁਣ ਕਦੀ ਵੀ ਨਾ ਫਿਲਮ 'ਚ ਕੰਮ ਕਰਕੇ ਬੜੀਆਂ ਹੁਣ ਤੁਸੀਂ ਐਨਕਾਂ ਸੋਹਣੀਆਂ ਸੋਹਣੀਆਂ ਲਾਉਣ ਲੱਗ ਪਏ? ਫਿਰ ਰਹਿਣਾ ਪੈਂਦਾ ਜਦੋਂ ਫਿਰ ਅੱਗੇ ਤਾਂ ਮੈਂ ਡਾਇਰੈਕਟਰ ਵਾਲਾ ਹਾਲ ਹੀ ਨਾ ਮੇਰਾ ਵੀ ਜਿੱਦਾਂ ਜਿੱਦਾਂ ਕਿ ਬਹਿ ਗਿਆ ਚਿੰਗਮ ਖਾਣ ਵਾਲਾ ਹੀ ਕੰਮ, ਚਿੰਗਮ ਖਾਣ ਵਾਲਾ ਹੀ ਐਵੇਂ ਬੈਠਾ ਇੱਧਰ ਬਹਿ ਲਿਆ, ਹੁਣ ਫਿਰ ਜਦੋਂ ਇਹਨਾਂ ਨਾਲ ਬਹੀਦਾ ਨਾ ਤੇ ਫਿਰ ਹਨਾ ਕਰਨਾ ਪੈਂਦਾ, ਫਿਰ ਵਾਧਾ ਘਾਟਾ ਜਿਹਾ ਵੀ ਇਹ ਹੁਣ ਥੋੜ੍ਹਾ ਤਿਆਰ ਹੋ ਕੇ ਰਹਿੰਦੇ ਜ਼ਿਆਦਾ, ਅਸੀਂ ਦੇਸੀ ਜੇ ਹਨਾ, ਫਿਰ ਹੁਣ ਨਾਲ ਫਿਰ ਮੇਰੇ ਕੋਲ ਇੰਟਰਵਿਊ 'ਚ ਨਹੀਂ ਨਾ ਪਾਉਂਦੇ ਡਾਇਰੈਕਟਰ ਨੂੰ ਨੀ ਬਣਾਉਂਦੇ, ਇਹਨਾਂ ਦੀ ਇੱਕ ਦੋ ਲੈ ਕੇ ਦਿੱਤੀਆਂ, ਫਿਰ ਆਖਿਆ ਵੀ ਚਲੋ ਤੁਸੀਂ ਉਹਨੂੰ ਲੱਗ ਜਾ ਤੁਹਾਡੇ ਡਾਇਰੈਕਟਰ ਸਾਹਿਬ ਸਾਡੇ ਬਹੁਤ ਸ਼ੌਕੀਨ ਆ,
ਲੋਕੀ ਮੇਕਅਪ ਕਰਦੇ ਨਾ ਕੈਮਰੇ ਤੋਂ ਅੱਗੇ, ਇਹ ਪਿੱਛੇ ਕਰੀ ਕਰੀ ਜਾਂਦੇ ਹੁੰਦੇ, ਆਪਣਾ ਸ਼ੌਂਕ ਇਹਨਾਂ ਨੇ ਪੂਰਾ ਕੀਤਾ ਵਾ। ਬਾਕੀ ਚਲੋ ਵਧੀਆ, ਸਾਡੀ ਹੁਣ ਫਿਲਮ ਨੂੰ ਰਿਸਪੋਂਸ ਮਿਲੇ ਨਾ, ਫਿਰ ਅਸੀਂ ਨਵੀਂ ਬਣਾਈ ਹੈ, ਫਿਰ ਹੋਰ ਜਿਹੜਾ ਹੁਣ ਸਾਰਿਆਂ ਦਾ ਇੱਕ ਦੂਜੇ ਨਾਲ ਵੀ ਵਧੀਆ ਹੋ ਗਿਆ, ਵੀ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਵਧੀਆ ਐਕਸਪੀਰੀਅੰਸ ਹੋਰ ਅੱਗੇ ਵਧੀਆ ਤਰੀਕੇ ਨਾਲ ਕਰਾਂਗੇ। ਦੇਖੋ ਇਹ ਖਾਸੀਅਤ ਹੁੰਦੀ ਨਾ, ਵੇਖੋ ਜਿੱਦਾਂ ਹੁਣ ਅੱਛਾ ਮੈਨੂੰ ਲੱਗਾ ਸ਼ਾਇਦ ਮੇਕਅਪ ਕਰ ਰਹੇ ਹੋ ਤੁਸੀਂ, ਵੀਡੀਓਜ਼ ਬਣਾ ਰਹੀ ਹੈ ਬਾਲ ਸੱਕ ਕੇ। ਜਿਹੜਾ ਇਹ ਵਾਲਾ ਇੱਕ ਐਕਸਪੀਰੀਅੰਸ ਆ, ਜਿੱਦਾਂ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਕੰਮ ਕਰਨਾ, ਵੱਡੇ ਪਰਦੇ ਦੇ ਉੱਤੇ ਤੁਸੀਂ ਕੰਮ ਕਰਨਾ, ਸੋ ਉਸ ਸਭ ਕੁਛ ਤੋਂ ਬਾਅਦ ਹੁਣ ਲੱਗਦਾ ਵੀ ਉਹ ਇੱਥੇ ਵੀ ਕੰਮ ਆਊਗਾ ਜਾਂ ਇੱਥੇ ਕੰਟੀਨਿਊ ਰਹੂਗਾ ਕਿ ਜਾਂ ਹੁਣ ਨਹੀਂ? ਉਹ ਤਾਂ ਮੇਰਾ ਕੰਮ ਕੰਟੀਨਿਊ ਰਹੂਗਾ, ਕਿਉਂਕਿ ਵੇਖੋ ਮੈਂ ਮੇਰੀ ਹੁਣ ਮੈਂ ਸਮਝਦਾ ਕਿ ਇਹ ਫਿਲਮ ਐਜੇ ਜਿੱਦਾਂ ਆਪਾਂ ਇੱਕ ਰਿਲੇਸ਼ਨ ਦੇ ਨਾਲ ਹੀ ਮੈਨੂੰ ਮਿਲੀ ਆ ਜੀ, ਇਹਨਾਂ ਨੂੰ ਮਤਲਬ ਪਸੰਦ ਸੀ ਮੇਰਾ ਕੰਮ, ਵੀ ਇਹ ਨਹੀਂ ਆ ਕਿ ਮੈਨੂੰ ਇਹਨਾਂ ਨੇ 4 ਸਾਲ ਪਹਿਲਾਂ ਹੀ ਇਹ ਚੀਜ਼ ਲਈ ਕਿਹਾ ਸੀ ਕਿ ਆਪਾਂ ਫਿਲਮ ਬਣਾਉਣੀ ਆ, ਤੁਹਾਨੂੰ ਵਿੱਚ ਲੈਣਾ, ਉਦੋਂ ਮੈਨੂੰ ਇਹ ਚੰਗੀ ਤਰ੍ਹਾਂ ਜਾਣਦੀ ਵੀ ਨਹੀਂ ਜੀ, ਅਤੇ ਜੇ ਮੈਂ ਕਹਾਂ ਕਿ ਮੈਨੂੰ ਕੰਮ ਮਿਲਿਆ ਮੇਰੀ ਇੱਕ ਫਿਲਮ ਮੇਰੀਆਂ ਵੀਡੀਓ ਦੇ ਜ਼ਰੀਏ ਵੀ ਮਿਲਿਆ ਵਾ, ਪਲੱਸ ਮੇਰੀ ਜਿੱਦਾਂ ਆਪਣੀ ਇੱਕ ਰਿਲੇਸ਼ਨ ਬਣ ਜਾਂਦੀ ਉਹਦੇ ਨਾਲ ਵੀ ਚਲੋ ਮੌਕਾ ਮਿਲਿਆ, ਲੋਕਲ ਆਰਟਿਸਟ ਆ ਆਪਾਂ ਹੁਣ ਲਈ ਇਹਨਾਂ ਨੂੰ, ਅਤੇ ਬਾਕੀ ਹੁਣ ਅਗਲੀ ਮੈਨੂੰ ਪਤਾ ਨਹੀਂ ਮਿਲੇ ਕਦੋਂ ਮਿਲੇ ਨਾ, ਮੈਂ ਵਿਹਲੇ ਥੋੜ੍ਹਾ ਬਹਿਣਾ, ਇਹ ਕਰਕੇ ਮੈਂ ਆਪਣਾ ਕੰਮ ਚੱਲ ਕੇ ਰੱਖਣਾ। ਮੈਂ ਇਹ ਤਾਂ ਕਹਿੰਦੇ ਹੁਣ ਫਲਾਣਾ ਸੀਨ ਕਰਨਾ ਲਿਆਈ ਨਾ ਆਪਣੀ ਗੱਡੀ ਫੜ ਲਿਆ, ਪਰ ਨਹੀਂ ਸਾਰੇ ਕਿ ਕੱਪੜੇ ਵੀ ਮੇਰੇ ਤੇ ਹੋਰ ਵੀ ਇੱਥੋਂ ਤੱਕ ਕਿ ਬੂਟ ਵੀ ਮੇਰੇ ਪਾਏ ਆ, ਮੈਂ ਇਹਨਾਂ ਨੇ ਘਰ ਛੱਡ ਗਿਆ ਜਦੋਂ ਆਪਾਂ ਸ਼ੂਟਿੰਗ ਨਹੀਂ ਕੀਤੀ ਇੱਕ ਵਾਰ, ਮੇਰੇ ਬੂਟ ਰਹਿ ਗਏ ਸੀ, ਉਹ ਵੀ ਇੱਕ ਪੋਤ ਨੂੰ ਪਾਏ ਨਾ, ਬੂਟਾਂ ਦਾ ਕਰਕੇ ਕੱਲੇ ਕੋ ਪ੍ਰੋਡਿਊਸਰ ਚ ਨਾ ਪਾ ਦੀਏ ਤੇਰਾ, ਬੂਟ ਕੱਲੇ ਨੀ ਗਏ, ਮੇਰਾ ਮਫਰਲ ਵੀ ਰਹਿ ਗਿਆ। ਐਨਕਾਂ ਤੁਹਾਡੀਆਂ ਆ? ਇਹਨਾਂ ਇਹਨਾਂ ਨੇ ਵੇਖ ਕੇ ਲਈਆਂ ਨੇ, ਉਹ ਮੇਰੀਆਂ ਨਹੀਂ ਹੈ। ਮੈਂ ਸੁਣਿਆ ਬਲ ਸਾਹਿਬ ਨੇ ਪੈਸਾ ਬੜਾ ਖੁੱਲਾ ਰੋੜਿਆ, ਤੁਸੀਂ ਕਹਿੰਦੇ ਵੀ ਉੱਥੇ ਜੁੱਤੀ ਵੀ ਤੁਹਾਡੀ ਤੱਕ ਨਹੀਂ ਆਇਆ, ਖੁੱਲਾ ਰਹਿ ਗਿਆ ਨਾ ਉਹ ਰਾਹ ਚ, ਬੜੇ ਬੜੇ ਤਗੜੇ ਜਿਹੜੇ ਨਾ ਨੱਕੇ ਲਾ ਕੇ ਬੈਠੇ ਸੀ, ਉਧਰ ਹੀ ਚੱਲ ਚੁੱਲ ਗਿਆ ਗਿਆ ਤੇ ਆਹ ਉਹੀ ਆ ਜਿਹੜਾ ਆਪਾਂ ਮਤਲਬ ਆਪਣਾ ਮੈਲਬਰਨ ਇੱਦਾਂ ਕਹਿ ਲਈਏ ਵੀ ਖਾਲਾਂ ਚ ਔੜ ਬੜੀ ਸੀ, ਰਾਹ ਚ ਜੀਰ ਜੂਰ ਗਿਆ, ਉਹਨਾਂ ਦੇ ਵੱਲੋਂ ਤੇ ਨਹੀਂ ਕਸਰ ਰਹੀ, ਬੰਦੇ ਹੀ ਨਾ ਲੰਘੇ ਨਹੀਂ ਦਿੰਦੇ, ਕਿਹੜਾ ਬੰਦਾ ਹੈ, ਬੰਦੇ ਤੇ ਇੱਥੇ ਹੀ ਆ ਸਾਰੇ, ਇਹਨਾਂ ਚੋਂ ਨਿਕਲਣਾ ਕੋਈ ਕਿ ਆਪੇ ਜਿਹਦੇ ਧੱਫੜ ਨਿਕਲੇ ਜਦੋਂ ਪੈਸਾ ਖਾ ਕੇ ਨਾ ਇੱਦਾਂ ਦਾ ਫੁਰ ਕੇ ਨਿਕਲੀ, ਇਹ ਪਰਸ ਤੇ ਮੈਂਡੀ ਜੀ ਲੈ ਕੇ ਆਏ, ਬਾਕੀ ਤੇ ਵਿਹਲੇ ਹੀ ਆਏ, ਮੈਂਡੀ ਜੀ ਬਣਾਈ ਲਿਆ ਵਾ ਕੇ ਸਾਰੇ ਬੰਦਿਆਂ ਨੂੰ ਬੱਚੇ ਫੋਨ
ਫੋਨ ਕਰ ਲਿਆ ਚਲੋ ਨਵੇਂ ਫੋਨ ਚ ਕਈ ਵਾਰੀ ਨਹੀਂ ਆਉਂਦਾ ਹਨਾ ਵੀ ਨਾਮ ਆਪਣਾ ਸੇਵ ਕੀਤਾ ਮੈਂ ਕਿਹਾ ਵੀ ਭਾਜੀ ਕਿਵੇਂ ਹੋ ਕਹਿੰਦੇ ਹਾਂ ਠੀਕ ਹੈ ਕੌਣ ਬੋਲਦਾ ਮੈਂ ਕਿਹਾ ਭਾਜੀ ਕਮਾਲ ਹੋ ਗਈ ਹਰਸਿਮਰਨ ਬੋਲਦਾ ਉਹ ਕਹਿੰਦਾ ਮੈਂ ਸੋਨੇ ਦੇ ਫੋਨ ਤੋਂ ਗੱਲ ਕਰਨ ਡਿਆ ਕਹਿੰਦੇ ਇਹਦੇ ਚ ਗਰੀਬਾਂ ਦਾ ਨਾਮ ਨਹੀਂ ਆਉਂਦਾ ਇਹ ਤਾਂ ਕਰਕੇ ਫੋਨ ਖਰਾਬ ਹੋਇਆ ਤੁਹਾਡਾ ਅੱਛਾ ਵਾਕਈ ਸੋਨੇ ਦਾ ਫੋਨ ਹੀ ਹੋ ਹਾਂਜੀ ਸੋਨੇ ਦਾ ਹਾਂਜੀ ਕਿੱਦਾਂ ਮਤਲਬ ਮੈਂ ਤੇ ਵੇਖਿਆ ਨਹੀਂ ਕਦੀ ਵਿਖਾਓ ਤੁਸੀਂ ਕਿਹਦੇ ਕੋਲ ਹੈ ਮੈਂ ਨਹੀਂ ਦੇਖਿਆ ਮੈਂ ਨਹੀਂ ਲੱਗਿਆ ਹੈ ਬਾਡੀ ਜਿਹੜੀ ਆ ਬਾਹਰ ਆਊਟਰ ਉਹ ਸੋਨੇ ਦੀ ਆ ਫੋਟੋ ਖਿੱਚੋ ਤੇ ਸੇਮ ਹੀ ਆਉਂਦੀ ਆ ਸੋਨਾ ਦਾ ਕੜਾ ਚੇਤਾ ਕਰਾਤਾ ਮੈਨੂੰ ਇਹ ਵੀ ਮੈਂ ਵੇਖੂਗਾ ਦਰਸ਼ਨ ਤੇ ਕਰਾਂ ਵੀ ਮੈਂ ਕਿਦਾਂ ਦਾ ਇਹਨਾਂ ਨੇ ਆਪਣੇ ਹਸਬੈਂਡ ਨੂੰ ਫੜਾਇਆ ਵਾ ਮੈਂ ਆਪਣੀ ਵਾਈਫ ਮੇਰਾ ਤਾਂ ਮੈਂ ਯੂਜ਼ ਕਰਦਾ ਹਾਂ ਰੈਗੂਲਰਲੀ ਪਰ ਉਹ ਇੰਡੀਆ ਵਾਲਾ ਸਿਮ ਆ ਬਜਟ ਹੁੰਦਾ ਸਾਰਾ ਹਨਾ ਫਿਲਮ ਦਾ ਬਣਾਉਣੇ ਨੇ ਆਪਾਂ ਅਸੀਂ ਹੁਣ ਮੈਂ ਕਿਸੇ ਸਬਰਬ ਦਾ ਨਾਂ ਨੀ ਲੈਂਦਾ ਕਈ ਵਾਰੀ ਆਪਣਾ ਕੋਈ ਬੰਦਾ ਗੁੱਸਾ ਵੀ ਨੀ ਕਰ ਜੀ ਇਹਨਾਂ ਨੇ ਕਰਾਇਆ ਹੋਟਲ ਸਾਰੇ ਆਰਟਿਸਟਾਂ ਵਾਸਤੇ ਅਸੀਂ ਪਹੁੰਚੇ ਉੱਥੇ ਪਹਿਲਾਂ ਮੈਂ ਪਹੁੰਚਿਆ ਮੈਂ ਕਿਹਾ ਯਾਰ ਇੱਥੇ ਕੋਈ ਮੈਂਡੀ ਦੇ ਵਾਲ ਖਿੱਚ ਕੇ ਭਾਜੂ ਰਹਿਣ ਦੋ ਮੈਂ ਕਿਹਾ ਇੱਥੇ ਰਹਿਣ ਦੋ ਹਨਾ ਫਿਰ ਨਹੀਂ ਪਤਾ ਨੀ ਕਿੱਥੇ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਚੈਟਸਨ ਰੁਕੇ
ਹਨਾ ਮੈਂ ਕਿਹਾ ਯਾਰ ਇੱਥੇ ਆਪਾਂ ਉਦੋਂ ਸੈੱਟ ਤੇ ਤਿਆਰ ਹੋਏ ਬੈਠੀ ਵੀ ਸ਼ੋਟ ਲੈਣਾ ਸ਼ੋਟ ਲੈਣਾ, ਮੈਂ ਕਿਹਾ ਇੱਥੇ ਕੋਈ ਮੈਂਡੀ ਦੇ ਚਪੇੜ ਮਾਰ ਕੇ ਭੱਜ ਜਾਣਾ ਕਿਸੇ ਨੇ, ਫਾਇਦਾ ਕੋਈ ਨੀ, ਮੈਂ ਕਿਹਾ ਰਹਿਣ ਦਿਓ ਏਦਾਂ ਕਰਕੇ। ਫਿਰ ਅਸੀਂ ਸਾਰੇ ਆਰਟਿਸਟਾਂ ਨੂੰ ਨਾ ਇਹ ਬਲ ਭਾਜੀ ਦੀ, ਮੋਹਨਵੀਰ ਬਲ ਭਾਜੀ ਦੀ, ਦਿਲਬਾਗ ਭਾਜੀ ਦੀ, ਇਹਨਾਂ ਦੀ, ਸਨੀ ਭਾਜੀ, ਇਹਨਾਂ ਨੇ ਬਹੁਤ ਸਾਥ ਦਿੱਤਾ ਚੀਜ਼ਾਂ ਦਾ। ਕਿਉਂਕਿ ਜਦੋਂ ਇੱਕ ਮੈਂ ਐਜ਼ ਐਨ ਆਰਟਿਸਟ ਗੱਲ ਕਰੂੰਗਾ, ਸਾਨੂੰ ਜਿਹੜੀ ਪੇ ਮਿਲਣੀ ਹੈ ਉਹ ਤਾਂ ਅਲੱਗ ਹੈ ਚੀਜ਼, ਠੀਕ ਆ, ਉਹ ਘੱਟ ਵੱਧ ਉਹਦਾ ਕੋਈ ਚੱਕਰ ਨਹੀਂ, ਬਟ ਜਿਹੜਾ ਸੈੱਟ ਤੇ ਟ੍ਰੀਟਮੈਂਟ ਮਿਲਣਾ ਹੁੰਦਾ ਨਾ, ਉਹ ਬੰਦੇ ਦਾ ਮੂਡ ਬਣਾਉਂਦੀ ਹੈ, ਉਹ ਆਰਟਿਸਟ ਤੁਹਾਡੀਆਂ ਯਾਦਾਂ ਨੇ, ਇਹ ਅਸਲ 'ਚ ਕਮਾਈ ਹੈ। ਹਾਂਜੀ ਇਹ ਕਮਾਈ ਹੈ, ਅਤੇ ਉਹਦੇ ਨਾਲ ਅਸੀਂ ਦੇਖੋ ਕਿੰਨੇ ਅਟੈਚ ਵੀ ਰਹੇ, ਸਾਰੇ ਕੰਫਰਟੇਬਲ ਰਹੇ। ਜੇ ਬੰਦਾ ਉੱਥੋਂ ਹੀ ਕੰਫਰਟੇਬਲ ਨਹੀਂ, ਕਿਸੇ ਨੇ ਖਾਣਾ ਹੀ ਨਹੀਂ ਵਧੀਆ ਖਾਧਾ ਜਾਂ ਕੋਈ ਰਿਹਾ ਹੀ ਨਹੀਂ ਵਧੀਆ, ਅਤੇ ਉਹ ਕੀ ਐਕਟਿੰਗ ਕਰੂਗਾ ਜਾ ਕੇ, ਜਾਂ ਕੀ ਕੋਈ ਬੰਦਾ ਕੈਮਰਾ ਰੋਲ ਕਰਵਾਊਗਾ ਜਾਂ ਹੋਰ। ਸੋ ਓਵਰਆਲ ਜਿਹੜਾ ਮਾਹੌਲ ਸਿਰਜਿਆ ਇਹ ਬਲ ਭਾਜੀ ਦਾ ਕਰਕੇ, ਹਰਜੋਤ ਭਾਜੀ ਦਾ ਕਰਕੇ ਹੋਇਆ, ਉਹ ਸੋ ਵਧੀਆ ਰਿਹਾ। ਨਹੀਂ ਬਹੁਤ ਵਧੀਆ ਜੀ ਤੁਹਾਡੀਆਂ ਗੱਲਾਂ ਬਾਤਾਂ, ਸਾਰੇ ਹੀ ਆਰਟਿਸਟ, ਯੂ ਨੋ ਦੇ ਵਰ ਟ੍ਰੀਟਡ ਵੈਰੀ ਨਾਈਸਲੀ ਜੀ। ਸੋ ਤੁਸੀਂ ਤੇ ਹੋਰ ਬਾਕੀ ਸਾਰੇ ਥਾਵਾਂ ਤੇ ਵੀ ਵੇਖਦੇ ਹੋਣੇ, ਬਾਹਰ ਟ੍ਰੀਟਮੈਂਟ ਵਧੀਆ ਮਿਲਦਾ ਜਾਂ ਇੰਡੀਆ? ਇੱਥੇ ਬਹੁਤ ਵਧੀਆ ਸੀਗਾ, ਐਂਡ ਬਾਹਰ ਵੀ ਮੀਨ ਅਸੀਂ ਧੱਕੇ ਨਾਲ ਕਰਾ ਲਈਦਾ, ਉੱਥੇ ਟ੍ਰੀਟਮੈਂਟ ਵਧੀਆ ਇਨ ਟਰਮਸ ਆਫ। ਤੁਸੀਂ ਕਰਾ ਲੈਂਦੇ ਹੋ, ਸਾਰਿਆਂ ਨੂੰ ਨਹੀਂ, ਹਾਂ ਸਾਰਿਆਂ ਨੂੰ ਨਹੀਂ ਮਿਲਦਾ, ਤੁਸੀਂ ਕਰਾ ਲੈਣਾ, ਗੱਲ ਵੱਖਰੀ ਹੈ, ਇਹ ਸੱਚ ਹੈ। ਅੱਛਾ, ਇਹ ਸੱਚ ਹੈ ਜੀ। ਇੰਡੀਆ 'ਚ, ਇੰਡੀਆ 'ਚ ਤਾਂ ਚਲੋ ਮੈਨ ਪਾਵਰ ਜ਼ਿਆਦਾ ਹੁੰਦੀ ਹੈ ਆਪਣੇ ਕੋਲ, ਹਨਾ, ਉੱਥੇ ਚੀਜ਼ ਵੱਖਰੀ ਹੈ, ਪਰ ਬਾਹਰ ਜਿਹੜੇ ਬਹੁਤੇ ਸ਼ੂਟ ਕਰਦੇ ਆ ਜਾਂ ਇੱਥੇ ਵੀ ਸ਼ਾਇਦ ਇੱਕ ਦੋ ਹੋਏ ਹੋਣਗੇ, ਜਾਂ ਜਿਵੇਂ ਵੀ ਆਪਾਂ ਚਲੋ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਉਹ ਚਲੋ ਬਜਟ ਵੀ ਹੁੰਦਾ ਹਰੇਕ ਚੀਜ਼ ਦਾ, ਇਹ ਕੋਈ ਜ਼ਰੂਰੀ ਨਹੀਂ ਕਿ ਮਹਿੰਗੀ ਫਿਲਮ ਹੀ ਸੋਹਣੀ ਬਣੂਗੀ, ਇਹ ਵੀ ਨਹੀਂ ਕਿਤੇ ਲਿਖਿਆ ਹੈਗਾ। ਪਰ ਇੱਕ ਜੀ ਆਓ ਭਗਤ ਦੀ ਗੱਲ ਕਰਦੇ ਹਾਂ, ਇੱਕ ਜਿਹੜਾ ਹੋਸਟ ਆਪਾਂ ਬਣੇ ਹਾਂ, ਕਿਉਂਕਿ ਸਾਰੇ ਇੱਥੋਂ ਦੇ ਆ, ਅਤੇ ਇਹ ਸੀਗਾ, ਨਹੀਂ ਤਾਂ ਮੈਨੂੰ ਲੱਗਦਾ ਕੋਈ ਘਰ ਘੁਰ ਹਾਇਰ ਕਰ ਲੈਂਦਾ ਕਿ ਸਾਰੇ ਆਰਟਿਸਟ ਉੱਥੇ ਤਾੜੇ ਹੁੰਦੇ ਆ। ਹੁਣ ਇੰਗਲੈਂਡ ਕਿੰਨੀਆਂ ਫਿਲਮਾਂ ਬਣੀਆਂ, ਪਤਾ ਨਹੀਂ ਕਿੰਨੀਆਂ, ਮੈਨੂੰ ਲੱਗਦਾ 100-200 ਹੀ ਬਣ ਗਏ ਹੋਣਗੀਆਂ, ਅਤੇ ਉੱਥੇ ਸੇਮ ਘਰ ਹੀ ਆ, ਉਹ ਸੇਮ ਇੱਕ ਘਰ 'ਚ ਰੱਖ ਦਿੰਦੀ ਆ। ਸਾਡੇ ਤਾਂ ਅਸੀਂ ਇਹਨਾਂ ਨੂੰ ਪ੍ਰੋਪਰ ਮਹਿੰਦੀ ਜੀ ਹੋਣ ਜਾਂ ਜਿੰਨੇ ਵੀ ਆਰਟਿਸਟ ਸਾਰੇ ਸੀਗੇ ਇੱਕ ਜਗ੍ਹਾ 'ਤੇ ਰੁਕੇ ਆ, ਤਾਂ ਕਰਕੇ ਬੌਂਡਿੰਗ ਵੀ ਵਧੀਆ ਹੋ ਗਈ। ਫਿਲਮ ਦਾ ਰਿਜ਼ਲਟ ਤੁਸੀਂ ਪ੍ਰੀਮੀਅਰ ਦੇਖਿਆ ਵੀ ਆ ਕੱਲ੍ਹ, ਅਤੇ ਮਾਲਕ ਦੀ ਕਿਰਪਾ ਨਾਲ ਪਾਣੀ ਫਿਰ ਇੱਥੇ ਜੀ ਰਿਹਾ ਕਿ ਸਾਰਾ ਰਹਿਣ ਸਹਿਣ 'ਤੇ ਬਸ ਇੱਥੇ ਹੈ। ਨਹੀਂ ਧੰਨਵਾਦ ਜੀ, ਤੁਹਾਡਾ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਅਤੇ ਮੈਨੂੰ ਲੱਗਦਾ ਤੁਸੀਂ ਅੱਜ ਜਾਣਾ ਵੀ ਆ ਸ਼ਾਇਦ, ਤੁਸੀਂ ਅੱਗੇ ਵੀ ਤੁਹਾਡੀ ਪ੍ਰਮੋਸ਼ਨਸ ਨੇ ਤੁਹਾਡੀਆਂ, ਅਤੇ ਬਹੁਤ ਬਹੁਤ ਸਾਡੇ ਵੱਲੋਂ ਸ਼ੁਕਰਾਨਾ ਵੀ ਤੁਸੀਂ ਆਏ ਹੋ ਚੱਲ ਕੇ, ਅਤੇ ਗੁੱਡ ਲੱਕ ਵੀ, ਬਹੁਤ ਵਧਾਈਆਂ ਤੁਹਾਨੂੰ ਇਸ ਫਿਲਮ ਦੇ ਲਈ, ਅਤੇ ਬਾਕੀਆਂ ਦੇ ਅੱਗੇ ਵੀ ਬੇਨਤੀ ਆ ਕਿ 21 ਤਰੀਕ ਨੂੰ ਸਾਰੇ ਜਿਹੜੇ ਪਹੁੰਚਣ, ਅਤੇ ਪਹੁੰਚ ਕੇ ਅਤੇ ਤੁਸੀਂ ਆਪੋ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਦੱਸ ਦੇਣ